Oh.
जग गया सब घट राम बोले राम बोले
ਕਰ ਦਿੱਤੀਆਂ ਨੇ
ਅੰਗ ਸਰੂਪ ਵੀ ਵੱਖਰੇ ਕਰ ਦਿੱਤੇ। ਉਹ ਸਾਰਿਆਂ ਦੇ ਨਾਲ ਭਗਵਾਨ ਲਫ਼ਜ਼ ਜੋੜ ਦਿੱਤਾ। ਹੁਣ ਭਗਵਾਨ ਇੱਕ ਨਾ ਰਿਹਾ, ਗਿਣਤੀ ਵਿੱਚ ਬਹੁਤਾਤ ਹੋ ਗਈ। ਪਿਛਲੇ ਦਿਨੀ ਵੀ ਲਫ਼ਜ਼ ਆ ਚੁੱਕੇ ਨੇ ਕਿ ਮਨੁੱਖ ਜਦੋਂ ਵੀ ਭੁੱਲਦਾ ਹੈ, ਗੁਮਰਾਹ ਹੁੰਦਾ ਹੈ, ਉਹ ਬਹੁਤੀ ਰਾਹੀਂ ਤੇ ਆ ਕੇ ਹੁੰਦਾ। ਰਸ਼ ਵਿੱਚ ਮਨੁੱਖ ਆਪਣੇ ਤੇ ਬੇਗਾਨੇ ਦੀ ਪਛਾਣ ਕਰਨੀ ਔਖੀ ਸਮਝਦਾ। ਬਹੁਤੇ ਰਾਹਾਂ ਵਿੱਚ ਆਪਣੇ ਰਾਹ ਨੂੰ ਪਛਾਣਨਾ ਔਖਾ ਹੋ ਜਾਂਦਾ। ਗੁਰੂ ਨੇ ਵੀ ਬੜੀ ਸਾਨੂੰ ਆਖ ਦਿੱਤਾ, ਮਨਮੁੱਖ ਭੋਗੀ ਬਹੁਤ ਹੀ ਰਾਹੀ। ਬਾਬਾ ਕਬੀਰ ਜੀ ਨੇ ਜਦੋਂ ਬ੍ਰਹਮਣਿਜ਼ਮ ਦੇ ਇਸ ਗੁਮਰਾਹ ਤੋਂ ਪ੍ਰਚਾਰ ਨੂੰ ਸਾਹਮਣੇ ਵੇਖਿਆ ਤੇ ਸਭ ਤੋਂ ਵੱਡਾ ਪਹਿਲੂ ਚੁਣਿਆ, ਵੱਖ ਵੱਖ ਭਗਵਾਨ ਦਾ, ਵੱਖ ਵੱਖ ਭਗਵਾਨ ਦਾ। ਇਸ ਲਈ ਸਾਰੀ ਬਾਬਾ ਕਬੀਰ ਜੀ ਦੀ ਰਚਨਾ ਇਸੇ ਲਫ਼ਜ਼ ਨੂੰ ਚੈਲੰਜ ਕਰ ਰਹੀ ਹੈ। ਆ ਪਿਛਲੇ ਦਿਨਾਂ ਵੀ ਆਪਣੇ ਬਹੁਤੇ ਪਹਿਲਾਂ ਹੋਈ, ਉਦੋਂ ਵੀ ਉਹ ਜੋ ਦੀ ਸਿਉਂਬਰ ਤਾਰੇ ਕਿਨੋਏ ਚੀਤੇ ਚੀਤਨ ਹਾਰੇ ਕਹੋਰੇ ਪੰਡਤ ਅੰਬਰ ਕਾ ਸਿਉਂ ਲਾਗਾ, ਇਹ ਸਾਰਾ ਕੁਝ ਉਸੇ ਗੱਲ ਨੂੰ ਹੀ ਬਾਰ ਬਾਰ ਟਾਰਗੇਟ ਕਰ ਰਿਹਾ। ਪਿਛਲੇ ਦਿਨਾਂ ਵਿੱਚ ਜਿਹੜੀਆਂ ਦੋ ਚੌਕ ਦੋ ਸ਼ਬਦ ਆਏ ਨੇ ਅਸ਼ਟਪਦੀਆਂ ਦੇ, ਉਹਦੇ ਵਿੱਚ ਵੀ ਸਬਜੈਕਟ ਇਹੋ ਸੀ। ਪਰ ਅੱਜ ਅਗਲਾ ਸ਼ਬਦ ਜਿਹੜਾ ਆਇਆ ਹੈ ਉਹ ਰਾਗ ਵੀ ਬਦਲ ਗਿਆ। ਪਿਛਲੇ ਸ਼ਬਦ ਤੱਕ ਪੈਰੋਂ ਰੱਖ ਦਾ ਸ਼ਬਦ ਸੀ ਬਾਬਾ ਕਬੀਰ ਜੀ ਦੀ ਅਸ਼ਟਪਦੀ, ਹੁਣ ਰਾਗ ਵੀ ਬਦਲ ਗਿਆ। ਹੁਣ ਇਸ ਬਦਲੇ ਹੋਏ ਰਾਗ ਵਿੱਚ ਜਿਹੜੇ ਸੰਸਕਾਰ ਨੇ ਐਗਜ਼ਾਮਪਲ ਉਹਨਾਂ ਦੀ ਹੈ। ਦੇਖੋ ਕਿੰਨੀ ਚੇਤਨਤਾ ਹੈ ਬਾਬਾ ਕਬੀਰ ਜੀ ਦੀ ਰਚਨਾ ਵਿੱਚ। ਇਸ ਬਦਲੇ ਹੋਏ ਰਾਗ ਵਿੱਚ ਜਿਹੜਾ ਵਾਤਾਵਰਨ ਹੈ, ਜੋ ਮਾਹੌਲ ਹੈ, ਉਸੇ ਨੂੰ ਸਾਹਮਣੇ ਰੱਖਿਆ। ਪਰ ਜਿਹੜਾ ਆਪਣਾ ਮਕਸਦ ਹੈ ਉਹ ਨਹੀਂ ਭੁੱਲੇ, ਆਪਣਾ ਸਬਜੈਕਟ ਨਹੀਂ ਭੁੱਲੇ। ਹੁਣ ਰਾਗ ਬਸੰਤ ਚੜਿਆ ਤੇ ਬਸੰਤ ਜਿਹੜਾ ਹੈ ਉਹ ਨਵੇਂ ਫੁੱਲਾਂ ਨਵੇਂ ਬਗੀਚਿਆਂ ਪ੍ਰਫੁੱਲਤਾ ਖੇੜੇ ਦੀ ਨਿਸ਼ਾਨੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਹੈ, ਬਸੰਤ ਦੇ ਆਉਣ ਨਾਲ, ਇਸ ਰੁੱਤ ਦੇ ਆਉਣ ਨਾਲ ਬਸੰਤ ਚੜਿਆ ਫੁੱਲੀ ਬਣ ਰਾਏ। ਲਫ਼ਜ਼ ਫੁੱਲੀਏ ਖਿੜ ਪਈ, ਮੈਟ ਪਈ, ਪੂੰਗਰ ਪਈ, ਬਣ ਰਾਏ ਬਨਸਪਤੀ ਜੰਗਲ, ਬਣ ਕੇ ਜੰਗਲ ਨੂੰ ਬਸੰਤ ਚੜਿਆ ਫੁੱਲੀ ਬਣ ਰਾਏ। ਪਾਣੀ ਖਿਆਲ ਕਰਿਓ ਕਿ ਲੱਗੇ ਮਤ ਕੋਈ ਸਮਝੇ ਕਿ ਇਹ ਬਦਲੀ ਹੋਈ ਰੁੱਤ ਨਵਾਂ ਬਸੰਤ ਦੇ ਨਾਮ ਥੱਲੇ ਆਇਆ ਹੋਇਆ ਮਹੀਨਾ ਮਨੁੱਖ ਦੇ ਪਰਸਨਲ ਜੀਵਨ ਨਾਲ ਵੀ ਸਿੱਧਾ ਅਫੈਕਟ ਕਰਦਾ, ਕੋਈ ਸੰਬੰਧ ਰੱਖਦਾ? ਕਹਿੰਦੇ ਨੇ ਬਿਲਕੁਲ ਨਹੀਂ, ਬਲਕਿ ਕਈ ਵਾਰ ਤਾਂ
ਸ੍ਰੀ ਗੁਰੂ ਅੰਗਦ ਸਾਹਿਬ ਦੀ ਬਾਣੀ ਨੇ ਬੜਾ ਸਪਸ਼ਟ ਕੀਤਾ, ਕਹਿਣ ਲੱਗੇ ਬਸੰਤ ਦੀ ਰੁੱਤੇ ਜਦੋਂ ਹਰ ਪਾਸੇ ਹਰਿਆਵਲ ਤੇ ਖੇੜਾ ਹੋਵੇ ਕਈ ਮਨ ਜਿਹੜੇ ਨੇ ਉਹ ਮੁਰਝਾ ਜਾਂਦੇ ਨੇ। ਮਨੁੱਖ ਦੇ ਆਪਣੇ ਦੁੱਖ ਨੇ, ਉਹਨਾਂ ਦੇ ਅੰਦਰ ਫਿਕਰਾਂ ਦੇ ਪਤਝੜ ਵੀ ਆਈ ਹੁੰਦੀ ਹੈ ਕਿ ਬਸੰਤ ਦੀ ਰੁੱਤੇ ਹੋਸਪਿਟਲਾਂ ਵਿੱਚ ਰੋਗੀ ਹਾਏ ਹਾਏ ਨਹੀਂ ਕਰਦੇ। ਬਸੰਤ ਦੀ ਰੁੱਤੇ ਕਦੀ ਕਿਸੇ ਦਾ ਮਿੱਤਰ ਦੋਸਤ ਪਰਿਵਾਰ ਦਾ ਜੀ ਉਹਦੇ ਕੋਲੋਂ ਨਹੀਂ ਵਿਛੜਦਾ। ਰੁੱਤ ਇੱਕ ਵੱਖਰੀ ਪੀਂਦੇ ਪਰ ਮਨ ਦੀ ਰੁੱਤ ਵੱਖਰੀ ਚੀਜ਼ ਹੈ। ਬਲਕਿ ਗੁਰੂ ਨੇ ਆਖਿਆ, ਕਹਿਣ ਲੱਗੇ ਇਸ ਮਨ ਕੋ, ਕਈ ਵਾਰ ਤਾਂ ਐਸਾ ਹੁੰਦਾ ਹੈ ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ। ਬਸੰਤ ਆਉਂਦਾ ਚਲਾ ਜਾਂਦਾ, ਇਹ ਮਨ ਨੂੰ ਤਾਂ ਬਸੰਤ ਦੀ ਸੋ ਵੀ ਨਹੀਂ ਲੱਗਦੀ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਬਸੰਤ ਆਇਆ ਸੀ, ਕਿਉਂਕਿ ਉਹ ਆਪ ਦੁੱਖਾਂ ਚ ਘਿਰਿਆ ਹੋਇਆ, ਉਹ ਤਾਂ ਖਿੜਿਆ ਹੀ ਨਹੀਂ, ਉਹਦੇ ਤੇ ਤਾਂ ਪਤ ਜਾਣਾ। ਕਹਿਣ ਲੱਗੇ ਇਸ ਮਨ ਕੋ ਬਸੰਤ ਕੀ ਲੱਗੇ ਨਾ ਸੋਏ। ਕਿਉਂ? ਇਹ ਮਨ ਚੜਿਆ, ਇਹ ਮਨ ਚੜਿਆ ਦੂਜੇ ਦੋਏ, ਮਾਲਕ ਨਾਲ ਵਿਛੜ ਗਿਆ, ਖਸਮ ਛੋੜ ਦੂਜੇ ਲੱਗੇ, ਮਨ ਚੜ ਰਿਹਾ, ਬਸੰਤ ਆਇਆ ਚਲਾ ਗਿਆ। ਇਸ ਬਸੰਤ ਜਿਸਨੂੰ ਅਸੀਂ ਬਸੰਤ ਸਮਝ ਰਹੇ ਹਾਂ ਇਹਦਾ ਮਨ ਨਾਲ ਕੋਈ ਸੰਬੰਧ ਨਹੀਂ। ਲਾਹੌਰ ਇਸੇ ਗੱਲ ਦਾ ਜਵਾਬ ਬਾਣੀ ਵਿੱਚ, ਬਾਣੀ ਦਾ ਜਵਾਬ ਬਾਣੀ ਵਿੱਚ ਹੀ ਹੈ। ਕਹਿਣ ਲੱਗੇ ਬਸੰਤ ਜੰਗਲ ਦੇ ਬੀਆਬਾਨ ਦੇ ਬੂਟੇ ਬਨਸਪਤੀ ਖੇੜੇ ਵਿੱਚ ਆਉਂਦੀ, ਇਹ ਫੁੱਲਦੀ ਹੈ, ਇਹ ਮੌਲਦੀ ਹੈ, ਜੀ ਜੰਤ ਨਹੀਂ। ਉਹ ਭਰਿਆ ਤੂੰ ਤਾਂ ਜੀ ਜੰਤ ਵਿੱਚ ਸ਼ਾਮਲ ਹੈ, ਤੇਰਾ ਇਸ ਬਸੰਤ ਨਾਲ ਤਾਂ ਕੋਈ ਰਿਸ਼ਤਾ ਹੀ ਨਾ ਰਿਹਾ, ਤੇ ਫਿਰ ਤੇਰੇ ਖੇੜੇ ਦਾ ਮਸਲਾ ਕੀ ਆ ਗਿਆ? ਇਹਦਾ ਮਤਲਬ ਤੂੰ ਪਤਝੜ ਵਿੱਚ ਰਹੇਗਾ, ਤੇਰਾ ਬਸੰਤ ਨਹੀਂ ਆਏਗਾ। ਕਹਿਣ ਲੱਗੇ ਨਹੀਂ, ਮੇਰਾ ਬਸੰਤ ਵੀ ਕੋਈ ਹੈ। ਆਪ ਬਸੰਤ ਫੈਸਲਾ ਬਣੀ ਦਾ, ਆਪ ਬਸੰਤ ਜਗਤ ਸਭ ਵਾੜੀ, ਉਹ ਆਪ ਬਸੰਤ ਹੈ, ਸਾਰਾ ਸੰਸਾਰ ਇੱਕ ਫੁਲਵਾੜੀ। ਜਦੋਂ ਉਹ ਬਸੰਤ ਬਖਸ਼ਿਸ਼ ਕਰਦਾ ਹੈ ਸਾਰੀ ਵਾੜੀ, ਸਾਰਾ ਜਗਤ ਮੌਲ ਪੈਂਦਾ ਹੈ, ਖਿੜ ਪੈਂਦਾ ਹੈ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਹੋਰ ਸ਼ਬਦ ਜਿਹਦੇ ਨਾਲ ਸ਼ਬਦਾਵਲੀ ਮੌਲ ਦੀ ਹੈ, ਕਹਿੰਦੇ ਸੋਈ ਮੌਲਾ। ਰੱਬ ਦਾ ਨਾਮ ਮੌਲਾ ਵੀ ਆਖਦੇ ਨੇ ਇਸਲਾਮ ਵਿੱਚ, ਇਹ ਲਫ਼ਜ਼ ਆਮ ਵਰਤਿਆ ਜਾਂਦਾ ਹੈ। ਮੌਲਾ ਰੱਬ ਨੂੰ ਕਹਿੰਦੇ ਨੇ, ਖੁਦਾ ਬੰਦ ਨੂੰ ਕਹਿੰਦੇ ਨੇ। ਕਹਿੰਦੇ ਨੇ ਮੌਲਾ ਕਿਉਂ ਕਹਿੰਦੇ ਨੇ? ਕਿਉਂਕਿ ਉਹ ਸੰਸਾਰ ਦੇ ਜੀਵਾਂ ਦੇ ਮੌਲਣ ਦਾ ਇੱਕ ਸਾਧਨ ਬਸੰਤ ਹੈ, ਉਹ ਸੰਸਾਰ ਦੇ ਜੀਵਾਂ ਦਾ ਬਸੰਤ ਹੈ। ਆਪ ਬਸੰਤ ਜਗਤ ਸਭ ਵਾੜੀ। ਕਹਿਣ ਲੱਗੇ ਸੋਈ ਮੌਲਾ ਜਿਨ ਜਗ ਮੌਲਿਆ। ਇਸ ਮੌਲਾ ਲਫ਼ਜ਼ ਨੂੰ, ਮੌਲਣ ਨੂੰ, ਖਿਡਾਓ ਨੂੰ ਹੋਰ ਸਪਸ਼ਟ ਕਰ ਦਿੱਤਾ ਅਗਲੀ ਲਾਈਨ ਵਿੱਚ, ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੋ। ਉਹਦਾ ਸਾਰੇ ਸੰਸਾਰ ਨੂੰ ਮੌਲਾ ਦਿੱਤਾ, ਖਿੜਾ ਦਿੱਤਾ,
ਪੰਛੀਆਂ ਭਰ ਦਿੱਤੀਆਂ, ਜੀਵਨ ਦੇ ਦਿੱਤਾ ਸਾਰੇ ਸੰਸਾਰ ਨੂੰ। ਹੁਣ ਮਸਲਾ ਇਹ ਹੈ ਕਿ ਮਲਾ ਦੇ ਨਾ ਖੇੜਾ ਲਾਇਆ ਉਹਨਾਂ ਸਿਰ ਚ ਦੇਣਾ, ਕੋਈ ਬਸੰਤ ਨਹੀਂ ਬਣ ਜਾਂਦਾ। ਬਸੰਤ ਨਹੀਂ ਤਾਂ ਸਿਰਜੇ, ਸੂਖਸ਼ਮ ਜਪੀ ਸਮਝਣਾ। ਸਿਰਜਣਾ ਸਿਰਜਣ ਹਾਰ ਨਹੀਂ ਹੁੰਦੀ, ਸਿਰਜਣ ਹਾਰ ਤੇ ਸਿਰਜਣਾ ਵਿੱਚ ਭੇਦ ਹੈ। ਕਰਤੇ ਵਿੱਚ ਤੇ ਕਿਰਤ ਵਿੱਚ ਅੰਤਰ ਹੈ। ਕਿਰਤ ਹੋਰ ਚੀਜ਼ ਹੈ, ਕਰਤਾ ਹੋਰ ਚੀਜ਼ ਹੈ। ਕਰਤਾ ਉਹਦੀ ਕਿਰਤ ਬੜੀ ਲੰਬੀ ਚੌੜੀ ਹੈ, ਵੱਡੀ ਹੈ, ਉਹਦੇ ਬਹੁਤ ਰੂਪ ਨੇ। ਪਰ ਕਰਤਾ ਇੱਕ ਹੈ, ਆਪਣੇ ਲਫ਼ਜ਼ ਆਏ ਸਨ। ਜਿਹਨੂੰ ਮਿਲੀ ਹੈ ਉਹ ਦੇਣ ਵਾਲਾ ਨਹੀਂ ਬਣ ਸਕਦਾ, ਉਹ ਤਾਂ ਮੰਗਤਾ ਹੀ ਰਹੇਗਾ। ਹੁਣ ਅਸੀਂ ਮੰਗਤੇ ਨੂੰ ਦੇਣ ਵਾਲਾ ਬਣਾ ਰਹੇ, ਦਾਤਾ ਬਣਾ ਰਹੇ। ਗੁਰੂ ਨੇ ਐਵੇਂ ਨਹੀਂ ਆਖਿਆ, ਕਹਿਣ ਲੱਗੇ ਹੇ ਬ੍ਰਾਹਮਣ ਮੈਂ ਦੇਖਦਾ ਕੀ ਹੈ। ਚੇਰੀ ਕੀ ਸੇਵਾ ਕਰੇ, ਚੇਰੀ ਕੀ ਸੇਵਾ ਕਰੇ, ਠਾਕੁਰ ਨਹੀਂ ਦਿਸੇ। ਬਸੰਤ ਨੇ ਖੇੜਾ ਦਿੱਤਾ ਹੈ, ਇੱਕ ਨਹੀਂ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜੇ ਨੇ। ਉਹਨਾਂ ਫੁੱਲਾਂ ਦੀ ਖੁਸ਼ਬੂ ਵੀ ਵੱਖਰੀ ਹੈ, ਉਹਨਾਂ ਦੇ ਰੰਗ ਵੀ ਵੱਖਰੇ ਨੇ, ਉਹਨਾਂ ਦੇ ਆਕਾਰ ਵੀ ਵੱਖਰੇ ਨੇ, ਉਹਨਾਂ ਦੇ ਨਾਮ ਵੀ ਵੱਖਰੇ ਨੇ, ਪਰ ਦਿੱਤੇ ਇੱਕੋ ਬਸੰਤ ਨੇ। ਬਸੰਤ ਇੱਕੋ ਹੈ ਕੀ? ਹਰ ਫੁੱਲ ਬਸੰਤ ਤੇ ਨਹੀਂ ਨਾ ਹੋ ਸਕਦਾ। ਬਸੰਤ ਦੀ ਬਖਸ਼ਿਸ਼ ਲੈਣ ਵਾਲਾ, ਬਸੰਤ ਕੋਲੋਂ ਪ੍ਰਾਪਤੀ ਕਰਨ ਵਾਲਾ, ਬਸੰਤ ਦੇ ਸਾਹਮਣੇ ਝੋਲੀ ਅੱਡ ਕੇ ਖਲੋਤਾ ਇੱਕ ਮੰਗਤਾ ਤੇ ਬਣ ਸਕਦਾ? ਕਹਿਣ ਲੱਗੇ ਬਸ ਐਸ ਗੱਲ ਨੂੰ ਸਮਝ ਲੈ, ਮੈਂ ਜਿਹੜੀ ਚੀਜ਼ ਸਮਝਾਉਣਾ ਚਾਹੁੰਦਾ। ਬਾਬਾ ਕਬੀਰ ਕਹਿੰਦੇ, ਉਹ ਕਹਿੰਦੇ ਨੇ ਉਹ ਮੌਲਾ ਹੈ ਜਿਹਨੇ ਜੱਗ ਮੌਲਾ ਹੈ, ਉਹ ਸੁੰਦਰ ਹੈ ਜਿਹਨੇ ਸੰਸਾਰ ਨੂੰ ਸੁੰਦਰਤਾ ਵੰਡੀ ਹੈ, ਉਹ ਜੀਵਨ ਹੈ ਜਿਹਨੇ ਸੰਸਾਰ ਨੂੰ ਜੀਵਨ ਵੰਡਿਆ। ਜੀਵਨ ਜਿਹਦੇ ਕੋਲ ਹੈ ਉਹ ਦਿਸਦਾ, ਫੁੱਲ ਦਿਸ ਰਿਹਾ, ਪਰ ਫੁੱਲ ਵਿੱਚ ਰੰਗ ਕੌਣ ਭਰ ਰਿਹਾ ਇਹ ਨਹੀਂ ਦਿਸ ਰਿਹਾ। ਫੁੱਲ ਦਿਸ ਰਿਹਾ ਪਰ ਉਹਦੇ ਵਿੱਚ ਖੁਸ਼ਬੂ ਕੌਣ ਪੈਦਾ ਕਰ ਰਿਹਾ ਉਹ ਨਹੀਂ ਦਿਸ ਰਿਹਾ। ਪਰ ਨਾ ਦੱਸਣ ਦੇ ਬਾਵਜੂਦ ਤੈਨੂੰ ਵਿਸ਼ਵਾਸ ਹੈ ਨਾ ਇਸ ਫੁੱਲ ਵਿੱਚ ਖੁਸ਼ਬੂ ਹੈ। ਬਹੁਤ ਸਾਰੇ ਮੁਲਕ ਐਸੇ ਨੇ ਜਿੱਥੇ ਫੁੱਲ ਹਨ ਪਰ ਉਹਨਾਂ ਵਿੱਚ ਖੁਸ਼ਬੂ ਕੋਈ ਨਹੀਂ। ਗੁਰੂ ਨੇ ਬੜਾ ਸੂਖਸ਼ਮ ਭੇਦ ਰੱਖਿਆ, ਰੱਬ ਨੂੰ ਫੁੱਲ ਨਹੀਂ ਆਖਿਆ। ਮੈਂ ਰੱਬ ਨੂੰ ਫੁੱਲ ਬਿਲਕੁਲ ਨਹੀਂ ਆਖਿਆ,
ਫੁੱਲ ਦਾ ਆਪਣਾ ਤਾਂ ਕੁਝ ਵੀ ਨਹੀਂ, ਫੁੱਲ ਦੀ ਆਪਣੀ ਕੋਈ ਵੈਲਿਊ ਹੀ ਨਹੀਂ, ਦੋ ਚਾਰ ਦਸ ਘੰਟੇ ਦਾ ਮਹਿਮਾਨ ਹੈ। ਜੇ ਉਹਨੇ ਕੋਈ ਸੰਭਾਲ ਕੇ ਰੱਖਦਾ ਵਸਤੂ ਸ਼ਕਤੀ ਤੇ ਉਹ ਹੈ ਖੁਸ਼ਬੂ, ਉਸੇ ਦਾ ਪਰਫਿਊਮ ਬਣਦਾ, ਉਸੇ ਦੇ ਅਤਰ ਬਣਦੇ ਨੇ, ਉਹ ਸੰਭਾਲ ਕੇ ਰੱਖਦੇ ਨੇ। ਕੋਈ ਫੁੱਲ ਨੂੰ ਸੰਭਾਲ ਕੇ ਨਹੀਂ ਰੱਖਦਾ, ਨਾ ਰੱਖਿਆ ਜਾ ਸਕਦਾ। ਇਸ ਲਈ ਗੁਰੂ ਦੀ ਬਾਣੀ ਅੰਦਰ ਰੱਬ ਨੂੰ ਜਦੋਂ ਮੁਖਾਤਬ ਕੀਤਾ ਨਾ, ਉਦੋਂ ਉਹਨੂੰ ਫੁੱਲ ਬਿਲਕੁਲ ਨਹੀਂ ਆਖਿਆ, ਬਲਕਿ ਆਖਿਆ ਲੈ ਰਿਹਾ ਹੈ। ਗੁਰੂ ਨੇ ਆਖਿਆ ਸੰਸਾਰ ਨੂੰ ਬਣਾਇਆ, ਭਾਵ ਉਹ ਸਿਰਜਣਹਾਰ ਹੈ ਜਿਹਨੇ ਸੰਸਾਰ ਨੂੰ ਸਿਰਜਿਆ, ਭਾਵ ਉਹ ਕਰਤਾ ਹੈ ਜਿਹਨੇ ਸਾਰੇ ਸੰਸਾਰ ਦੀ ਕਿਰਤ ਪੈਦਾ ਕੀਤੀ ਹੈ। ਉਹ ਨਿਰੰਕਾਰ ਹੀ ਬਸੰਤ ਹੈ ਜਿਹਨੇ ਸਾਰੇ ਸੰਸਾਰ ਵਿੱਚ ਖੇੜਾ ਪੈਦਾ ਕੀਤਾ। ਹੁਣ ਖੇੜਾ ਜਿਹਦੇ 'ਚ ਪੈਦਾ ਕੀਤਾ ਉਹਦੇ ਰੂਪ ਵੱਖ ਵੱਖ ਆ ਗਏ ਨੇ, ਪਰ ਉਹ ਰੂਪ ਬਸੰਤ ਨਹੀਂ ਬਣ ਜਾਣਗੇ, ਕਿਉਂਕਿ ਫੁੱਲ ਕਿਸੇ ਦੂਜੇ ਫੁੱਲ ਨੂੰ ਮਹਿਕ ਨਹੀਂ ਦੇ ਸਕਦਾ। ਹਾਲਾਂਕਿ ਦਿਸਦਾ ਖੁਸ਼ਬੂ ਹੈ, ਪਰ ਉਹ ਖੁਸ਼ਬੂ ਦੂਜੇ ਨੂੰ ਨਹੀਂ ਬਣ ਸਕਦਾ, ਕਿਉਂਕਿ ਕਰਤਾ ਨਹੀਂ ਨਾ, ਕਿਰਤ ਹੈ। ਕੋਈ ਫੁੱਲ ਆਪਣੀ ਰੰਗਤ ਆਪਣੀ ਸੁੰਦਰਤਾ ਦੂਜੇ ਫੁੱਲ ਨੂੰ ਨਹੀਂ ਦੇ ਸਕਦਾ, ਆਪਣਾ ਰੰਗ ਦੂਜੇ ਫੁੱਲ ਨੂੰ ਨਹੀਂ ਦੇ ਸਕਦਾ, ਕਿਉਂ? ਕਿਉਂਕਿ ਉਹ ਕਰਤਾ ਨਹੀਂ ਨਾ, ਕਰਤਾ ਦੇ ਸਕਦਾ, ਉਹ ਕਰਤਾ ਨਹੀਂ, ਉਹ ਕਿਰਤ ਹੈ। ਜੇ ਅਸੀਂ ਕਰਤੇ ਨੂੰ ਛੱਡ ਕੇ ਕਿਰਤ ਦੀ ਪੂਜਾ ਸ਼ੁਰੂ ਕਰੀਏ, ਹੁਣ ਫਿਰ ਉੱਥੇ ਆ ਜਾਂਦੇ ਨੇ, ਕਹਿਣ ਲੱਗੇ ਮੈਂ ਕੀ ਦੇਖਦਾ, ਜੋ ਕੁਝ ਦੇਖ ਰਿਹਾ ਉਹ ਕਿਰਤ ਹੈ ਤੇ ਕਿਰਤ ਨੂੰ ਅਸੀਂ ਪੂਜਣ ਡੇ ਹੋਏ ਹਾਂ। ਇੱਥੇ ਆ ਕੇ ਦੂਜਾ ਲਫ਼ਜ਼ ਵਰਤਿਆ, ਭਾਵੇਂ ਧਰਤੀ ਹੈ, ਆਕਾਸ਼ ਹੈ, ਉਹਨੂੰ ਮੌਲਾਣ ਵਾਲਾ, ਉਹਨੂੰ ਖੇੜਾ ਬਖਸ਼ਣ ਵਾਲਾ ਕੋਈ ਹੋਰ ਹੈ? ਬੋਲੀ ਧਰਤੀ, ਬੋਲੇ ਆਕਾਸ਼, ਘਟ ਘਟ ਮੌਲੇ ਆਤਮ ਪ੍ਰਕਾਸ਼। ਅੱਗੇ ਕਹਿਣ ਲੱਗੇ ਰਾਜਾ ਰਾਮ ਮੌਲੇ, ਆ ਇੱਕ ਲਫ਼ਜ਼ ਦੇਖਣਾ ਇੱਥੇ। ਹੁਣ ਰਾਜਾ ਰਾਮ ਤੋਂ ਇਹ ਨਹੀਂ ਕਿ ਉਸ ਰਾਜਾ ਰਾਮ ਦਾ ਜਿਹੜਾ ਇਤਿਹਾਸਕ ਹਿਸਟਰੀ ਵਿੱਚ ਦੇ ਕਰਕੇ ਰਾਜਾ ਆਖਿਆ ਜਾਂਦਾ, ਉਹ ਰਾਜਾ ਰਾਮ ਨੇ, ਉਹਦਾ ਰਾਜ ਤਾਂ ਚਿੰਨ ਭੰਕਰ ਹੈ। ਕੀ ਤੁਸੀਂ ਪਹਿਲੇ ਦਿਨਾਂ 'ਚ ਉਹ ਤ੍ਰੇਤੇ ਵਿੱਚ ਹੈ, ਦੁਆਬਰ ਵਿੱਚ ਕੋਈ ਨਹੀਂ, ਭੰਕਰ ਹੈ। ਉਹਨੇ ਉਹਨੂੰ ਰਾਜਾ ਨਹੀਂ ਬਣਾਇਆ, ਉਹਦੇ ਪਿਤਾ ਨੇ ਨਹੀਂ ਬਣਾਇਆ, ਗੱਦੀ ਸਿੰਘਾਸਨ ਨਹੀਂ ਦਿੱਤਾ, ਭਾਵੇਂ ਹਿਸਟਰੀ ਦਾ ਕੋਈ ਪੜਨਾ ਹੋਵੇ, ਕਿਸੇ ਕੋਈ ਰੂਪ ਦੀ ਹੋਵੇ, ਰਾਜ ਨਹੀਂ ਮਿਲਿਆ। ਪਰ ਕਿਹੜੀ ਅਜੀਬ ਗੱਲ, ਜਿਸ ਰਾਜੇ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਜਾ ਰਾਮ ਹੈ ਨਾ, ਉਹਦੇ ਬਾਰੇ ਬੜਾ ਸਪਸ਼ਟ ਕੀਤਾ ਗਿਆ, ਕਹਿੰਦੇ ਨੇ ਰਾਜੋ ਤੇਰਾ ਸਦਾ ਨੇਚਰ, ਉਹਦਾ ਰਾਜ ਕਦੀ ਖਤਮ ਨਹੀਂ ਹੋਣਾ, ਉਹਦਾ ਰਾਜ ਕਦੀ ਖਤਮ ਨਹੀਂ ਹੋਣਾ, ਉਹਦਾ ਹੁਕਮ ਹਰ ਥਾਂ ਤੇ ਚੱਲਣਾ ਹੀ ਚੱਲਣਾ,
ਦਾ ਹੁਕਮ ਵੀ ਖਤਮ ਨਹੀਂ ਹੋਣਾ, ਉਹਦੇ ਰਾਜ ਦੀ ਕੋਈ ਬਾਉਂਡਰੀ ਵੀ ਨਹੀਂ, ਸੀਮਾ ਵੀ ਨਹੀਂ, ਬਾਰਡਰ ਵੀ ਨਹੀਂ, ਵੀ ਇੱਥੋਂ ਤੱਕ ਮੇਰਾ ਰਾਜ ਹੈ, ਇੱਥੋਂ ਤੱਕ ਅੱਗੇ ਤੇਰਾ। ਮੈਂ ਇੱਕ ਵਾਰ ਕਿਸੇ ਸੱਜਣ ਦੇ ਬੜੇ ਵਿਨਾਸ਼ ਨਾਲ ਕਹੇ ਹੋਏ ਲਫ਼ਜ਼ ਵੀ, ਕੋਈ ਮਿੱਤਰ ਦੋਸਤ ਕਿਸੇ ਦੂਜੇ ਦੇਸ਼ ਚੱਲਿਆ ਸੀ ਕਿਸ ਲਈ, ਅਤੇ ਉੱਥੇ ਜ਼ਿਆਦਾ ਦੌਲਤ ਕਮਾਵਾਂਗਾ, ਕਹਿਣ ਲੱਗਾ ਨਹੀਂ ਭਜਿਆ, ਕਿਉਂ ਇੱਥੇ ਤੇਰਾ ਨਿਰੰਕਾਰ ਨਹੀਂ, ਕਹਿਣ ਲੱਗਾ ਨਹੀਂ ਉੱਥੇ ਬੜੀ ਦੌਲਤ ਹੈ, ਜਾਣ ਲੱਗਾ, ਕਹਿਣ ਲੱਗਾ ਫਿਰ ਮੇਰਾ ਉੱਥੇ ਇੱਕ ਮੈਸੇਜ ਲੈ ਜਾਈ, ਦੱਸ ਅਖੇ ਉੱਥੋਂ ਦੇ ਖੁਦਾ ਨੂੰ ਮੇਰੀ ਸਲਾਮ ਕਹਿ ਦੇ। ਜਦੋਂ ਉਹਨੇ ਆਖਿਆ ਨਾ ਉੱਥੋਂ ਦੇ ਖੁਦਾ ਨੂੰ ਮੇਰੀ ਸਲਾਮ ਕਹਿ ਦੇ, ਵਿਚਾਰਾ ਸੋਚੀ ਪੈ ਗਿਆ ਕਿੱਥੇ ਰਹਿੰਦਾ ਗਾ ਖੁਦਾ ਜਿਹਨੂੰ ਮੈਂ ਤੇਰੀ ਸਲਾਮ ਜਾ ਕੇ ਆਖਾਂ। ਪਰ ਧੰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਕੋਈ ਪੜ੍ਹਦਾ ਨਹੀਂ ਛੱਡਦਾ, ਤੇ ਕਹਿੰਦਾ ਤੂੰ ਸਭਨੀ ਥਾਈ ਹਮੇਸ਼ਾ ਹਰ ਥਾਂ ਤੇ ਮੈਂ ਤੈਨੂੰ ਰਾਜਾ ਰਾਮ ਕਹਿ ਰਿਹਾ। ਔਰ ਇਸ ਲਈ ਅਗਲੀ ਲਾਈਨ ਵਿੱਚ ਸਪਸ਼ਟ ਕਰਦੇ ਨੇ, ਕਹਿੰਦੇ ਨੇ ਰਾਜਾ ਰਾਮ ਮੌਲਿਆ ਅਨੰਤ ਭਾਏ ਜੇ ਦੇਖੋ ਤਰਿਆ ਸਮਾਏ। ਮੈਂ ਜਿਸ ਰਾਜਾ ਰਾਮ ਦੀ ਗੱਲ ਕਰਨਾ ਉਹ ਕੇਵਲ ਅਯੁੱਧਿਆ ਵਿੱਚ ਪੈਦਾ ਹੋਣ ਵਾਲਾ, ਅਯੁੱਧਿਆ ਵਿੱਚੋਂ ਜਾਣ ਵਾਲਾ, ਅਯੁੱਧਿਆ ਅਯੁੱਧਿਆ ਨੂੰ ਨਾਲ ਲਿਜਾਣ ਵਾਲੇ ਦੀ ਗੱਲ ਨਹੀਂ ਕਰਦੇ ਹਾਂ। ਮੈਂ ਤਾਂ ਜੇ ਦੇਖਾਂ ਤਰਿਆ ਸਮਾਏ, ਮੈਂ ਉਸ ਰਾਜਾ ਰਾਮ ਦੀ ਗੱਲ ਕਰਨਾ ਉਹਨੂੰ ਜਿੱਥੇ ਦੇਖਾਂ ਉੱਥੇ ਮੈਨੂੰ ਦਿਸਦਾ ਹੈ, ਕੋਈ ਥਾਂ ਮੈਨੂੰ ਉਸ ਰਾਜਾ ਰਾਮ ਤੋਂ ਖਾਲੀ ਨਹੀਂ ਦਿਸਦੀ। ਦੂਜੇ ਪਾਸੇ ਜਿਹੜੇ ਲੋਕ ਵੱਖ ਵੱਖ ਚੀਜ਼ਾਂ ਨੂੰ ਭਗਵਾਨ ਮੰਨ ਰਹੇ ਨੇ ਤੇ ਉਹਦਾ ਹੁਕਮ ਮੰਨ ਰਹੇ ਨੇ, ਉਹਦਾ ਹੁਕਮ ਸਮਝਦੇ ਨੇ, ਉਹਨਾਂ ਦਾ ਜ਼ਿਕਰ ਕਹਿੰਦੇ ਨੇ ਦੁਤੀਆ ਮੌਲੇ ਚਾਰ ਵੇਦ, ਚਾਰ ਵੇਦ ਜਿਹਨੇ ਪੈਦਾ ਕੀਤੇ, ਸਿਰਜਣ ਸੀ ਦੂਜੇ ਨੂੰ ਬਣਾ ਦਿੱਤਾ। ਦੇਖੋ ਉਸ ਬ੍ਰਹਮਣਿਜ਼ਮ ਦੇ ਵਿਚਾਰ ਦੇ ਮੁਤਾਬਕ ਸਿਰਜਣਾ ਕਰਨ ਵਾਲਾ ਬ੍ਰਹਮਾ, ਬ੍ਰਹਮਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛੋ ਉਹ ਕਹਿੰਦਾ ਹੈ, ਸਤਿਗੁਰੂ ਕਹਿੰਦੇ ਨੇ ਪ੍ਰਥਮੇ ਬ੍ਰਹਮਾ ਕਾਲੇ ਘਰੇ ਆਇਆ, ਬ੍ਰਹਮ ਕਮਲ ਪਿਆਲ ਨਾ ਪਾਇਆ, ਆ ਗਿਆ ਨਲੀ ਨਹੀਂ ਭਰਮ ਬੁਲਾਇਆ, ਬ੍ਰਹਮਾ ਤੇ ਆਪ ਨਹੀਂ ਜਾਣ ਸਕਿਆ ਮੈਂ ਕਿੱਥੋਂ ਆਇਆ। ਜਦੋਂ ਪੈਦਾ ਹੋਇਆ ਤੇ ਵੇਖਿਓ ਸੀ ਥੱਲੇ ਹੈ, ਮੈਂ ਸੰਗਾਲ ਵਿੱਚੋਂ ਪੈਦਾ ਹੋਇਆ, ਉਹਨਾਂ ਦੇ ਮਿਥਾਸ ਮੁਤਾਬਕ ਕਮਲ ਦੀ ਨਾਲੀ ਵਿੱਚੋਂ ਪੈਦਾ ਹੋਇਆ, ਵੇਖਾਂ ਤਾਂ ਸਹੀ ਮੈਂ ਕਿੱਥੋਂ ਆਇਆ। ਉਹ ਵਾਪਸ ਚਲਾ ਗਿਆ ਤੇ ਕਹਿੰਦੇ ਨੇ ਕਈ ਹਜ਼ਾਰਾਂ ਵਰੇ ਥੱਲੇ ਫਿਰਦਾ ਰਿਹਾ ਪਰ ਉਹਨੂੰ ਟਿਕਾਣਾ ਨਾ ਲੱਭਿਆ, ਮਿਥਾਸ ਹੈ। ਤੇ ਕਹਿਣ ਲੱਗੇ ਜਿਸ ਬ੍ਰਹਮਾ ਨੂੰ ਆਪਣੇ ਪਤਾ ਨਹੀਂ ਲੱਗਾ ਮੈਂ ਕਿੱਥੋਂ ਆਇਆ, ਆਪਣਾ ਟਿਕਾਣਾ ਨਹੀਂ ਸਮਝ ਸਕਿਆ, ਆਪਣਾ ਆਪਣੀ ਸਿਰਜਣਾ ਬਾਰੇ ਕੁਛ ਨਹੀਂ ਜਾਣ ਸਕਿਆ, ਉਹ ਕਿਸੇ ਨੂੰ ਕੀ ਸਿਰਜੇਗਾ। ਕਹਿੰਦੇ ਨੇ ਪਰ ਦੁਤੀਆ ਵਿਚਾਰ ਰੱਖਣ ਵਾਲੇ ਲੋਕ ਜਿਹੜੇ ਸਨ ਉਹਨਾਂ ਦੇ ਕੀ ਸਨ, ਦੁਤੀਆ ਮੌਲੀ ਚਾਰ ਵੇਦ ਸਿਮਰਤ ਮੌਲੀ ਸੋਕ ਤੇ। ਅਗਲੇ ਪਾਸੇ ਕਹਿਣ ਲੱਗੇ ਸ਼ੰਕਰ ਮੌਲਿਓ ਯੋਗ ਧਿਆਨ, ਸੰਸਾਰ ਅੰਦਰ ਸਿਰਜਣਾ ਹੋਈ ਪੁੰਗਰਿਆ, ਸੰਸਾਰ ਦੇ ਮਿਥਾਸ ਵਿੱਚ ਯੋਗ ਸਾਧਨਾ ਕਰਨ ਵਾਲਾ ਸ਼ੰਕਰ ਜੋਗੀ, ਸਮਾਧੀ ਲਾਉਣ ਵਾਲਾ ਜੋਗੀ। ਪਰ ਬਾਬਾ ਕਬੀਰ ਕਹਿੰਦੇ ਨੇ ਮੈਂ ਕੀ ਦੇਖਣਾ, ਕਬੀਰ ਤੋਂ ਸੁਆਮੀ ਸਭ ਸਮਾਨ, ਮੇਰਾ ਪ੍ਰਭੂ ਜਿਹੜਾ ਮੇਰਾ ਮੌਲਾ ਹੈ ਜਿਹੜਾ ਸਾਰੇ ਸੰਸਾਰ ਨੂੰ ਖੇੜਾ ਦਿੰਦਾ ਉਹ ਤੇ ਹਰ ਇੱਕ ਵਿੱਚ ਹੀ ਮੈਨੂੰ ਦਿਸਦਾ, ਜਿਵੇਂ ਬਹੁਤੇ ਤਰ੍ਹਾਂ ਦੇ ਵੱਖ ਵੱਖ ਫੁੱਲ ਹੋਣ ਪਰ ਮੈਨੂੰ ਬਸੰਤ ਚੰਗਾ ਲੱਗਦਾ, ਇਹ ਆਇਆ ਤੇ ਤਾਂ ਹੀ ਫੁੱਲ ਖਿੜੇ ਨੇ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਿੰਨੇ ਵੀ ਦੇਵੀ ਦੇਵਤੇ, ਜਿੰਨੇ ਵੀ ਵੇਦ ਸ਼ਾਸਤਰ, ਜਿੰਨੇ ਵੀ ਸਾਧਨ ਮੈਂ ਦੇਖਣਾ, ਉਹਨਾਂ ਨੂੰ ਦੇਖ ਕੇ ਮੈਨੂੰ ਯਾਦ ਆਉਂਦਾ ਮੇਰਾ ਕੋਈ ਪ੍ਰਭੂ ਹੈ, ਉਹ ਹੈ ਤੇ ਤਾਂ ਹੀ ਇਹ ਨੇ, ਜੇ ਉਹ ਨਾ ਹੁੰਦਾ ਇਹ ਵੀ ਨਾ ਹੁੰਦੇ। ਕਿਸੇ ਵੀ ਕਹਿਣ ਲੱਗੇ ਰਾਜਾ ਰਾਮ ਰਾਜਾ ਰਾਮ ਅਨੰਤ
से नहीं जानते मनुखता नु गुमराह करने वाली सोच नु चोट लाउंदे ने हमेशा वंगारदे ने चैलेंज करदे ने ते आखदे ने झूठ ना बोल पांडे सच कहिए क्यों गुमराह करना है एक रब नाल जोड़ थां थां वखरे वखरे भगवान बना के उन्हां दी पूजा विच ला के ਮਨੁੱਖਤਾ ਦੇ ਜੀਵਨ ਦਾ ਕੀਮਤੀ ਸਮਾਂ ਬਰਬਾਦ ਨਾ ਕਰ ਜੇ ਮੇਰਾ ਮਾਲਕ ਹੈ ਤਾਂ ਸੰਸਾਰ ਹੈ ਜੇ ਮੇਰਾ ਮਾਲਕ ਹੈ ਤਾਂ ਉਹਨੇ ਕੋਈ ਸੰਸਾਰ ਅੰਦਰ ਸ਼ਕਤੀਆਂ ਵੀ ਜੇ ਹਨ ਤਾਂ ਉਹਦੀਆਂ ਪੈਦਾ ਕੀਤੀਆਂ ਹੋਈਆਂ ਕਿਰਤ ਨੇ ਕਰਤਾ ਨਹੀਂ ਬਸ ਆਹ ਫਰਕ ਸਮਝਣਾ ਹੈ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚ ਖਾਂ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ